ਥੋੜਾ ਮੈਂ ਉੱਥੇ ਜੋ ਕਰ ਰਹੀ ਸੀ। ਹਾਂਜੀ ਹੈਲੋ ਗਾਇਜ਼, ਵੈਲਕਮ ਬੈਕ ਟੂ ਮਾਈ ਨਿਊ ਵਲੌਗ। ਸਾਰਿਆਂ ਨੂੰ ਜੋਸ਼ੀ ਦੀ ਅਤੇ ਨਹਾ ਧੋ ਕੇ ਹੋ ਗਿਆ ਫਰਾ ਰੈਡੀ। ਗਰਮੀ 'ਚ ਨਹਾ ਤੋ ਲੱਗਦਾ ਨਹੀਂ ਕਿ ਗਰਮੀ ਜ਼ਿਆਦਾ ਅਤੇ ਬੱਚੇ ਨਾਸ਼ਤਾ ਕਿਆ ਖਾ ਰਹੇ ਬਾਈ? ਆਲੂ ਦੇ ਪਰਾਂਠੇ ਚੱਲ ਰਹੇ ਬਾਈ। ਸੈਮੀ ਵੀ ਖਾ ਰਿਹਾ ਪਰਾਂਠੇ। ਦੇਖ ਸੈਮੀ ਕਿਆ ਖਾ ਰਹੇ ਹੋ? ਪਰਾਂਠੇ, ਆਲੂ ਦੇ ਪਰਾਂਠੇ। ਬੱਚੇ ਬੈਠ ਕੇ ਸਾਰੇ ਕਰ ਰਹੇ ਨਾਸ਼ਤਾ। ਸਾਰੇ ਬੱਚੇ ਅੱਛੇ ਹੈਗੇ ਨਾ, ਅੱਛੇ ਬੱਚੇ ਆ ਸਾਰੇ ਦੇ। ਸਾਰੇ ਨਾਸ਼ਤਾ ਕਰ ਰਹੇ ਆਰਾਮ ਨਾਲ ਅਤੇ ਮੈਂ ਵੀ ਨਾਸ਼ਤਾ ਕਰਕੇ ਫਿਰ ਪਹੁੰਚਦਾ ਸਲੂਨ। ਦੇਖਦੇ ਕੀ ਕੰਮ ਕਾਰ ਕਰਨਾ ਅੱਜ। ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਰਾਤ ਕਿ ਗਰਮੀ ਹੋਏਗੀ, ਸਵੇਰੇ ਉਹੀ ਕੰਮ ਹੋ ਗਿਆ। ਸਵੇਰੇ ਸਵੇਰੇ ਠੰਡਾ ਸੀ ਮੌਸਮ, ਬਾਰਿਸ਼ ਹੋਈ ਸੀ ਕਿਉਂਕਿ ਰਾਤੀ, ਅਤੇ ਹੁਣ 10:30 ਦਾ ਟਾਈਮ ਹੋ ਗਿਆ, ਪਰ ਗਰਮੀ ਬਹੁਤ ਹੈ। ਬਾਹਰ ਨਾ ਸੇਕਾ ਪੈ ਰਿਹਾ ਪੂਰਾ, ਪਰ ਹਵਾ ਚੱਲ ਰਹੀ ਹੈ ਠੰਡੀ, ਇੰਨਾ ਕੁ ਬੈਨੀਫਿਟ ਹੋਵੇਗੀ। ਹਵਾ ਠੰਡੀ ਚੱਲ ਰਹੀ, ਲੋ ਨਹੀਂ ਹੈਗੀ। ਬਾਕੀ ਪਤਾ ਨਹੀਂ ਹਲੇ ਦੁਪਹਿਰ ਤੱਕ ਲੋ ਵੀ ਚੱਲ ਸਕਦੀ ਹੈ, ਕਿਉਂਕਿ ਦੁਪਹਿਰੇ ਪਤਾ ਲੱਗੇਗਾ। ਹਾਂ ਰੋਟੀ, ਆਲੂ ਖਾ ਲਓ, ਆਲੂ ਆਲੂ ਖਾ ਰਿਹਾ ਵੀ ਜਿਵੇਂ। ਨਾਸ਼ਤਾ ਰੈਡੀ ਹੈ ਜੀ, ਕਰਦੇ ਹਾਂ ਨਾਸ਼ਤਾ। ਆਲੂ ਦੇ ਪਰਾਂਠੇ ਨਾਲ ਪਈ, ਆਪ ਬਹਿ ਗਏ ਸਾਰੇ। ਸਾਨੂੰ ਟਿਊਸ਼ਨ ਜਾ ਰਹੇ ਹੋ? ਜਾਓ ਫਿਰ, ਟਿਊਸ਼ਨ ਜਾ ਰਹੀ ਹੈ ਸਾਨੂੰ, ਅਤੇ ਉਹ ਦੋਨੋਂ ਉੱਧਰ ਖੇਡ ਰਹੇ ਨੇ। ਓਏ ਓਏ ਓਏ, ਨਾਸ਼ਤਾ ਪਾਣੀ ਆਪਣਾ ਹੋ ਗਿਆ ਜੀ, ਅਤੇ ਸਾਨੂੰ ਉਹਦੀ ਦੋਨੋਂ ਛੁੱਟੀ ਹੈ। ਬੱਚਿਆਂ ਦੀ ਟਿਊਸ਼ਨ ਛੁੱਟੀ ਨਹੀਂ ਹੋਈ ਇੱਥੇ, ਟਿਊਸ਼ਨ ਜਾਂਦੀ ਹੈ ਵਿਚਾਰੀ ਰੋਜ਼, ਉਹਨੂੰ ਚੱਲ ਜਾਏ ਟਿਊਸ਼ਨ ਛੱਡਣ, ਅਤੇ ਟਿਊਸ਼ਨ ਛੱਡ ਕੇ ਫਿਰ ਮੈਂ ਨਿਕਲਦਾ ਸਿੱਧਾ ਉੱਧਰ ਉੱਤੇ ਦੁਕਾਨ 'ਤੇ। ਫਿਰ ਦੁਕਾਨ 'ਤੇ ਜਾ ਕੇ ਦੇਖਦੇ ਕੀ ਕੰਮ ਕਾਰ ਕਰ ਰਹੇ ਨੇ ਉੱਤੇ। 11 ਵਜੇ ਗਏ, ਠੰਡੀ ਹਵਾ ਚੱਲ ਰਹੀ ਵੈਸੇ, ਪਰ ਤੋਂ ਫਿਰ ਗਈ ਅੱਜ ਵੀ। ਦੁਪਹਿਰ ਦਾ ਮੌਸਮ ਪਤਾ ਨਹੀਂ ਕਿਵੇਂ ਰਹੇਗਾ ਕਿਵੇਂ ਨਹੀਂ, ਦੇਖਦੇ ਹਾਂ। ਪਹੁੰਚ ਗਏ ਜੀ ਸਲੂਨ 'ਤੇ, ਅਤੇ ਹਾਲੇ ਫ੍ਰੀ ਬੈਠੇ ਹਾਂ, ਅਤੇ ਆਪਣਾ ਸਟੂਡੈਂਟ ਹੈ ਭਰਾ, ਇਹਨੂੰ ਥੋੜ੍ਹਾ ਜਿਹਾ ਪ੍ਰੈਕਟਿਸ ਕਰਾਉਣੀ ਹੈ, ਕਟਿੰਗ ਕੁਟਿੰਗ ਇਹਨੂੰ ਦੱਸ ਦਈਏ, ਫਿਰ ਦੇਖਦੇ ਹਾਂ ਬਾਕੀ ਕੀ ਕੰਮ ਕਰਨਾ। ਬਾਕੀ ਮੌਸਮ ਅੱਜ ਠੀਕ ਹੈ ਹਾਲੇ ਤੱਕ, 11:30 ਹੋ ਗਏ, ਮੌਸਮ ਠੀਕ ਹੈ, ਫਿਰ ਵੀ ਠੰਡਾ ਹੀ ਹੈ, ਅਤੇ ਭਰਾ ਨੂੰ ਦੱਸ ਦਈਏ, ਫਿਰ ਦੇਖਦੇ ਹਾਂ ਅੱਗੇ ਕੀ ਕੰਮ ਕਾਰ ਕਰਨਾ ਆਪਾਂ। ਮੈਂ ਪਹੁੰਚ ਗਿਆ ਜੀ ਘਰ, ਅਤੇ ਆਹ ਦੇਖੋ ਬੱਚੇ ਰੈਡੀ ਤਿਆਰ ਹੋ ਕੇ ਬੈਠੇ ਨੇ ਸਾਰੇ ਦੇ ਸਾਰੇ। ਆਪਾਂ ਜਾ ਕੇ ਆਉਣਾ ਕਿਤੇ ਬਾਹਰ, ਮੰਮੀ ਵੀ ਆ ਗਈ। ਹਾਂ ਵੀ ਸਾਨੂੰ ਚਲਦੇ ਹਾਂ ਫਿਰ, ਤੁਹਾਨੂੰ ਗੱਡੀ 'ਚ ਬੈਠ ਕੇ ਦੱਸਦੇ ਹਾਂ ਕਿੱਥੇ ਆਪਾਂ ਜਾ ਰਹੇ ਹਾਂ। ਸੈਮੀ ਤਾਂ ਬਹਿ ਗਿਆ ਜੀ ਗੋਗਲਸ ਲਗਾ ਕੇ, ਅਤੇ ਸ਼ਾਨੂ ਨੇ ਵੀ ਲਗਾ ਲਏ, ਉਹ ਅਕਸੋਜ ਨੇ ਵੀ ਗੋਗਲ ਲਗਾਏ ਬਾਈ, ਇਹ ਤਾਂ ਸਾਰੀ ਬੱਚਾ ਪਾਰਟੀ ਗੋਗਲ ਲਗਾ ਕੇ ਬੈਠੀ। ਅਤੇ ਆਪਾਂ ਚੱਲੇ ਹਾਂ ਯਾਰੀ ਮਾਸੀ ਕੋਲ, ਛੋਟੇ ਭਰਾ ਦਾ ਐਕਸੀਡੈਂਟ ਹੋ ਗਿਆ ਜੀ, ਉਹਦਾ ਪਤਾ ਕਰਕੇ ਆਉਣਾ, ਅਤੇ ਦੁਪਹਿਰ ਦਾ ਟਾਈਮ ਹੁੰਦਾ ਥੋੜ੍ਹਾ ਜਿਹਾ, ਜਾਈਏ ਫਿਰ ਸ਼ਾਮੀ ਦੁਕਾਨਦਾਰੀ ਵੀ ਕਰਨੀ ਹੁੰਦੀ ਆ ਕੇ, ਮੰਮੀ ਵੀ ਨਾਲ ਜੀ, ਅਤੇ ਪਹਿਲਾਂ ਆਪਾਂ ਲੈ ਲੈਂਦੇ ਹਾਂ ਫਰੂਟ, ਫਿਰ ਚੱਲਦੇ ਹਾਂ। ਪਿੱਛੇ ਬਹਿ ਕੇ ਤਿਆਰ ਹੋ ਗਏ ਸਾਰੇ, ਅਤੇ ਉਹ ਬੈਠੀ ਦਿੱਤਿਆ। ਹੈਲੋ ਭਾਈ, ਹੈਲੋ ਲਓ ਜੀ, ਮੈਂ ਪਹੁੰਚ ਗਿਆ ਫਰੂਟ ਵਾਲੇ ਕੋਲ, ਭਰਾ ਕੋਲ। ਡਿਸਕਾਊਂਟ ਦੇਗਾ ਨਾ ਅੱਜ? ਡਿਸਕਾਊਂਟ ਪੜੋਸੀਆਂ ਵੈਸੇ ਵੀ ਤੇਰੇ ਦੇਣਾ ਪੈਣਾ। ਲੈ ਫਰੂਟ ਲੈ ਲਈਏ ਪਹਿਲਾਂ, ਫਿਰ ਚੱਲਦੇ ਹਾਂ, ਅਤੇ ਬਾਕੀ ਪਾਰਟੀ ਬੈਠੀ ਉੱਧਰ ਗੱਡੀ 'ਚ ਸਾਰੀ। ਨਿੰਨੀ ਆਈ ਹੈ, ਨਿੰਨੀ ਆਈ ਹੈ, ਮੰਮੀ ਕੋ ਨੀਂਦ ਆ ਗਈ, ਦੇਖ ਦਾੜੀ 'ਚ ਹੱਥ ਮਾਰਦਾ, ਐਵੇਂ ਹੀ ਸੋ ਜਾਏਗਾ। ਹੱਥ ਨਿਕਾਲੋ, ਹੱਥ ਨਿਕਾਲੋ ਮੰਮੀ ਦੇ, ਹੱਥ ਇੱਕ ਵਾਰ ਹਾਏ ਕਰੋ, ਹਾਏ ਕਰ ਦੋ ਯਾਰ, ਸੋਨੇ ਦੀ ਤਿਆਰੀ ਹੈ। ਚਲੋ ਆਪਣਾ ਗੱਲ ਨਹੀਂ ਯਹਾਂ ਪੇ।
चाचू का घर, चाचू का, चाचू का घर है यहाँ पे। तो अरे पकड़ो हाथ, अरे डॉगी ਪਹੁੰਚ ਗਏ ਜੀ ਤੇ ਆ ਦਰਵਾਜ਼ੇ ਨਵੇਂ ਲਵਾਏ ਨੇ ਕੱਲ ਪਰਸੋਂ ਹੀ, ਮੱਖੀਆਂ ਜ਼ਿਆਦਾ ਹੋਈਆਂ ਸੀ ਤਾਂ ਕਰਕੇ ਇਹ ਸਾਰੇ ਬਾਹਰ ਬੈਠੇ ਨੇ ਹਲੇ। ਹੁਣ ਚੱਲਦੇ ਹਾਂ ਥੋੜ੍ਹੀ ਦੇਰ 'ਚ ਅੰਦਰ। ਬਾਹਰ ਗਮਲੇ ਗੁਮਲੇ ਵੀ ਰੱਖੇ ਨੇ ਦੇਖੋ, ਵਧੀਆ ਮੈਂ ਵੀ ਲਾਏ ਹੋਏ ਨੇ ਘਰ, ਦੇਖਦੇ ਹਾਂ ਕਿੰਨੇ ਦਿਨਾਂ 'ਚ ਹੁੰਦੇ ਨੇ ਹਰੇ ਭਰੇ ਜੇ। ਹਾਂ ਵੀ ਮੋਨਾ ਠੀਕ ਹੈ, ਲੈ ਬਈ ਮੋਨਾ ਠੀਕ ਹੈ। ਇਹ ਦੇਖੋ ਛੋਟੀ ਜਿਹੀ ਕਿਊਟੀ ਬਾਈ, ਸੋ ਗਈ ਸੋ ਗਈ। ਉੱਠੋ ਬਾਈ, ਦੇਖੋ ਤੁਸੀਂ ਕੌਣ ਆਇਆ। ਗਰਮੀ ਹੋਈ ਬਾਈ ਗਰਮੀ। ਆਹ ਦੇਖੋ ਜੀ ਮਾਸੀ ਅਤੇ ਆਹ ਮਾਂ, ਦੋਨਾਂ ਨੂੰ ਵੈਸੇ ਇੱਕੋ ਜਗ੍ਹਾ ਬਿਠਾ ਕੇ ਵੇਖੀਏ ਤਾਂ ਫਰਕ ਨਹੀਂ ਨਜ਼ਰ ਆਉਂਦਾ ਕੋਈ। ਸਿਹਤ ਵੈਸੇ ਥੋੜ੍ਹੀ ਬਹੁਤ ਘੱਟ ਹੋ ਸਕਦੀ ਹੈ, ਬਾਕੀ ਸੇਮ ਹੀ ਹੈ। ਉਹ ਸਾਡੇ ਨਾਨਾ ਨਾਨੀ ਉੱਪਰ, ਨਾਨਾ ਨਾਨੀ ਸਾਡੇ ਚੌਧਰੀ ਸਾਹਿਬ। ਚਲੋ ਬਾਈ ਜ਼ੋਰ ਲਗਾ ਕੇ, ਜ਼ੋਰ ਲਗਾ ਕੇ ਲੈ ਬਈ। ਸ਼ਾਨੂ ਚਲਾ ਰਹੀ ਹੈ ਸਾਈਕਲ, ਚਲਾਓ ਚਲਾਓ ਚਲਾਓ। ਸ਼ਾਨੂ ਕੋ ਸਾਈਕਲ ਚਲਾਉਣੀ ਆ ਗਈ ਬਾਈ, ਚਲੋ ਚਲੋ ਚਲੋ। ਆਜੋ ਆਜੋ ਜ਼ੋਰ ਸੇ, ਜ਼ੋਰ ਸੇ ਜ਼ੋਰ ਜ਼ੋਰ ਲਗਾ ਕੇ ਆਜੋ 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 ਆਜੋ। ਸਾਈਕਲ ਚਲਾਉਣਾ ਸਿੱਖ ਗਈ ਬਈ ਸ਼ਾਨੂ ਤੋਂ, ਯੇ ਯੇ ਯੇ। ਆਜੋ ਆਜੋ ਜ਼ੋਰ ਲਗਾਓ ਨਾ, ਹਾਂ ਐਸੇ। ਚਲੋ ਬਾਈ ਚਲੋ। ਹਾਂਜੀ ਕਿਆ ਕਰ ਰਹੇ ਹੋ, ਸ਼ਾਨੂ ਕਹਾਂ ਬੈਠੇ ਹੋ। ਉਹ ਦੇ ਵਕਤ ਸਜਾਏ ਕਰ ਰਹਾ ਬਾਈ, ਯੇ ਸਵੈਗ। ਲੋ ਜੀ ਫ੍ਰੀ ਹੋ ਕੇ ਆਪਾਂ ਚੱਲ ਪਏ ਹਾਂ, ਹੁਣ ਚੱਲਦੇ ਹਾਂ ਸਿੱਧੇ ਘਰ, ਦੇਖਦੇ ਹਾਂ ਜਾ ਕੇ ਤੇਰੇ ਕੁਛ ਕੰਮ ਕੁੰਮ ਕੀਤਾ ਦੁਕਾਨ ਤੇ, ਜੇ ਟਾਈਮ ਲੱਗਿਆ ਤਾਂ ਫਿਰ ਜਾਣਾ ਪਿੰਡ। ਭਰਾ ਹੋਣੀ ਲੱਗੇ ਨੇ ਜੀ ਕੰਮ ਤੇ, ਕੋਈ ਬੰਦਾ ਆਪਣਾ ਸ਼ੀਸ਼ਾ ਦੇਖੀ ਜਾਂਦਾ ਖੜੇ, ਪਤਾ ਨਹੀਂ ਕੀ ਮੂੰਹ 'ਚ ਦਾਣੇ ਕੱਢੀ ਜਾਂਦਾ। ਅਤੇ ਆਹ ਦੋ ਲੱਗੇ ਨੇ ਕਟਿੰਗ ਕਰਨ ਦੇ ਅੱਗੇ, ਰਾਹੁਲ ਪਤਾ ਨਹੀਂ ਕਿੱਧਰ ਗਿਆ। ਬਸ 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 ਹੁਣ ਚੱਲੇ ਆਪਾਂ ਪਿੰਡ, ਮੰਮੀ ਰਹਿ ਗਈ ਉੱਥੇ ਯਾਰੀ ਮਾਸੀ ਦੇ ਕੋਲ, ਹਾਂ ਨਾਨੀ ਘਰ, ਕਿਉਂਕਿ ਡੈਡੀ ਇਕੱਲਾ ਫਿਰ ਰੋਟੀ ਰਾਟੀ ਬਣਾਉਣੀ ਉੱਥੇ, ਤਾਂ ਕਰਕੇ ਇੱਕ ਦੋ ਦਿਨ ਉੱਥੇ ਰੁਕਣਾ ਪੈਣਾ। ਉਹ ਗੰਜੇ 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 ਯੇ ਪਿੰਡ ਪਹੁੰਚ ਗਏ ਜੀ। ਦੇਖ ਕੁੜੀ ਨੂੰ ਪੰਜਾਬੀ ਆ ਗਈ ਬੋਲਣੀ, ਤੇ ਉਹ ਸੈਮੀ ਦੇਖੋ, ਸੈਮੀ ਕਿਆ ਕਰ ਰਹੇ ਹੋ, ਬੋਲ ਖੇਡ ਰਹੇ ਹੋ ਬੋਲ। ਲੋ ਇਹਨੂੰ ਦਾਦੂ ਨੇ ਕੰਮ ਲਾਤਾ ਆਉਂਦੇ, ਕਹਿੰਦੇ ਡੰਡਾ ਦਿਓ। ਉਹ ਦੇਖੋ ਡੰਡਾ ਤੋੜ ਕੇ ਦੇ ਗਏ ਹੁਣ ਦਾਦੂ ਇਹਨੂੰ। ਸੈਮੀ ਕਿਆ ਕਹਿ ਰਹੇ ਹੋ, ਦਾਦੂ ਕੋ ਡੰਡਾ ਦੇ ਦਿਓ, ਕਿਆ ਕਹਿ ਰਹੇ ਹੋ, ਡੰਡਾ ਦੇ ਦਿਓ ਡੰਡਾ। ਲੈ ਵੀ ਡੰਡਾ ਆ ਗਿਆ ਸੈਮੀ ਕਾ, ਖੇਲੇਗਾ ਪੂਰੇ ਟਾਈਮ ਦੀ ਸੈਮੀ ਖੇਲੇਗਾ, ਖੇਲੋ 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 ਖੇਲੋ।
ਅੰਦਰ ਚਲਦੇ ਹਾਂ, ਕੱਪੜੇ ਚੇਂਜ ਕਰ ਲਈਏ ਇੱਕ ਵਾਰੀ। ਓਕੇ ਲੈ, ਉਹ ਦੇਖੋ ਉਹ ਫੋਨ ਚਲਾਉਣ 'ਤੇ ਬਹਿ ਗਈ, ਆਉਂਦੇ ਹੀ ਫੋਨ ਪਕੜ ਲਿਆ ਜਾਦੂ ਦਾ ਗੰਦੀ। ਇਹ ਕਿਆ ਹੋਇਆ,